ਕਲਪਤੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਵਿੱਚ ਔਰ ਗੱਲ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੀ ਸਭ ਤੋਂ ਵੱਡੀ ਖਬਰ ਕਹਿ ਸਕਦੇ ਹਾਂ ਹਾਲੇ ਤੱਕ ਜਿੰਨਾ ਟਾਈਮ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਰੀਪੇਅਰ ਵਾਲਿਆਂ ਦਾ ਕੀ ਬਣੇਗਾ ਸਰਟੀਫੀਕੇਟ ਕਿਸ ਤਰ੍ਹਾਂ ਦੇ ਹੋਣਗੇ ਮੈਰਿਟ ਲਿਸਟ ਨਹੀਂ ਬਣੇਗੀ ਜਾਂ ਬਣੇਗੀ ਤਾਂ ਉਹ ਸਾਰਾ ਕੁਝ ਜਿਹੜੇ ਸਾਰੇ ਹੀ ਪ੍ਰਸ਼ਨਾਂ ਦਾ ਜਿਹੜਾ ਜਵਾਬ ਆ ਚੁੱਕਿਆ ਔਰ ਜਿਹੜਾ ਇਹ ਐਲਾਨ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਔਰ ਪੂਰੀ ਨਿਊਜ਼ ਤੁਹਾਨੂੰ ਮੈਂ ਪੜ੍ਹ ਕੇ ਸੁਣਾਵਾਂਗਾ ਔਰ ਚੈਨਲ ਤੇ ਫਸਟ ਟਾਈਮ ਵੀਡੀਓ ਕਰਦੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੱਕ ਇੱਕ ਚੀਜ਼ ਦਾ ਤੁਹਾਨੂੰ ਪਤਾ ਲੱਗ ਜਗਾ ਐਂਡ ਟਿਕ ਸਭ ਤੋਂ ਪਹਿਲਾਂ ਜਿਹੜੀ ਖਬਰ ਹੈ ਕਿ 10ਵੀਂ ਦੇ ਸਰਟੀਫੀਕੇਟ ਤੇ ਲਿਖਿਆ ਜਾਵੇਗਾ ਕੋਵਿਡ 19 ਸੰਕਟ ਜੋ 10ਵੀਂ ਦਾ ਸਰਟੀਫਿਕੇਟ ਹੋਏਗਾ ਬੋਰਡ ਦੀ ਕਲਾਸ ਜਿਹਨਾਂ ਨੂੰ ਪ੍ਰੀ ਬੋਰਡ ਦੇ ਅਧਾਰ ਤੇ ਪਾਸ ਕਰ ਦਿੱਤਾ ਹੈ ਤਾਂ ਉੱਥੇ ਲਿਖਿਆ ਹੋਗਾ ਕੋਵਿਡ 19 ਮਹਾਮਾਰੀ ਸੰਕਟ ਲਿਖਿਆ ਹੋਗਾ ਨਹੀਂ ਬਣੇਗੀ ਮੈਰਿਟ ਲਿਸਟ ਕੋਈ ਮੈਰਿਟ ਲਿਸਟ ਨਹੀਂ ਬਣੇਗੀ ਔਰ ਬੱਚਿਆਂ ਦੀ ਗ੍ਰੇਡਿੰਗ ਨਹੀਂ ਹੋਏਗੀ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 10ਵੀਂ ਜਮਾਤ ਦੇ ਪਹਿਲਾਂ ਹੀ ਜਿਹੜੇ ਪਾਸ ਕੀਤੇ ਹੋਏ ਬੱਚੇ ਹੈਗੇ ਸੀ ਪ੍ਰੀ ਬੋਰਡ ਦੇ ਆਧਾਰ ਤੇ ਉਹਨਾਂ ਦਾ ਇੱਕ ਹੀ ਜਿਹੜਾ ਪੇਪਰ ਲਿਆ ਗਿਆ ਸੀ ਲਾਜ਼ਮੀ ਪੰਜਾਬੀ ਦਾ ਹੁਣ ਇੱਕ ਹੋਰ ਜਿਹੜੀ ਨਿਊ ਸਾਹਮਣੇ ਆ ਰਹੀ ਆ ਕਿ ਇਸ ਵਾਰ ਰਿਜ਼ਲਟ ਜਿਹੜਾ ਅਨੋਖਾ ਹੋਵੇਗਾ 8ਵੀਂ 10ਵੀਂ ਦੇ ਸਰਟੀਫਿਕੇਟ ਉੱਤੇ ਤੁਹਾਨੂੰ ਪਤਾ ਕੋਵਿਡ ਮਹਾਮਾਰੀ ਲਿਖਿਆ ਗਿਆ ਦੋ ਜਿਹੜੀਆਂ ਇਹ ਨਿਊਜ਼ ਵੱਡੀਆਂ ਸਾਹਮਣੇ ਆ ਚੁੱਕੀਆਂ ਨੇ ਔਰ ਜਿਹੜਾ ਬੱਚਿਆਂ ਨੂੰ ਪਾਸ ਕਿਸ ਦੇ ਆਧਾਰ ਤੇ ਕੀਤਾ ਜਾਏਗਾ ਉਹਨਾਂ ਦੇ ਨੰਬਰ ਜਿਹੜੇ ਸਰਟੀਫਿਕੇਟ ਤੇ ਲੱਗਣਗੇ ਉਹ ਕਿਸ ਆਧਾਰ ਤੇ ਲੱਗਣਗੇ ਉਸ ਦੀ ਗੱਲ ਕਰਦੇ ਹਾਂ ਔਰ ਤੁਸੀਂ ਇਸ ਤੋਂ ਪਹਿਲਾਂ ਦੇਖੋ ਕਿ ਕਰੋਨਾ ਵਾਇਰਸ ਦੇ ਕਰਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 5ਵੀਂ ਤੇ 8ਵੀਂ ਦੀਆਂ ਪ੍ਰੀਖਿਆ ਨੂੰ ਕੈਨਸਲ ਕਰ ਦਿੱਤਾ ਸੀ ਔਰ 5ਵੀਂ 8ਵੀਂ ਅਤੇ 10ਵੀਂ ਦੇ ਬੱਚਿਆਂ ਨੂੰ ਜਿਹੜਾ ਰਿਜ਼ਲਟ ਦਾ ਕੱਢਣ ਵਾਸਤੇ ਇਹਨਾਂ ਨੇ ਹੁਣ ਕੀ ਜਿਹੜਾ ਇੱਕ ਫਾਰਮੂਲਾ ਅਪਣਾਇਆ ਉਹ ਹੈ ਹੈ ਕਿ ਕਿਹੜਾ ਰਿਜ਼ਲਟ ਸੀਸੀ ਦੇ ਆਧਾਰ ਤੇ ਤਿਆਰ ਕੀਤਾ ਜਾਏਗਾ ਤਾਂ ਠੀਕ ਅਸੈਸਮੈਂਟ ਲੱਗਦੀ ਹੁੰਦੀ ਹੈ ਇੰਟਰਨਲ ਅਸੈਸਮੈਂਟ ਹੁੰਦੀ ਹੈ ਜੋ ਕਿ 10 ਨੰਬਰਾਂ ਦੀ ਅਸੈਸਮੈਂਟ ਹੁੰਦੀ ਹੈ ਤਾਂ ਉਹ ਅਸੈਸਮੈਂਟ ਬੋਰਡ ਕੋਲੇ ਜ਼ਰੂਰ ਜਾਂਦੀ ਹੁੰਦੀ ਹੈ ਠੀਕ ਹੈ ਬੋਰਡ ਕੋਲੇ ਅਸੈਸਮੈਂਟ ਹੁੰਦੀ ਹੈ ਹਰ ਕਲਾਸ ਦੀ ਔਰ ਇਸ ਵਾਰ ਦੀਆਂ ਕਲਾਸਾਂ ਜਿਹੜੀਆਂ ਹੈਗੀਆਂ ਸੀ ਆਪਣੀਆਂ 10ਵੀਂ ਸੀ ਚਾਹੇ ਉਹ 8ਵੀਂ ਸੀ ਉਹਨਾਂ ਦੀ ਅਸੈਸਮੈਂਟ ਵੀ ਬੋਰਡ ਕੋਲੇ ਲਗਭਗ ਚੱਲੀ ਗਈ ਸੀ ਪਹਿਲਾਂ ਹੀ 10 'ਚੋਂ ਤੁਹਾਡੇ ਕਿੰਨੇ ਨੰਬਰ ਕਿਸੇ ਸਕੂਲ ਨੇ ਲਾਏ ਹੈਗੇ ਆ ਤਾਂ ਉਹਨਾਂ ਦੇ ਆਧਾਰ ਤੇ ਤੁਹਾਡੇ ਨੰਬਰ ਆਉਣਗੇ ਮੰਨ ਲਓ ਤੁਹਾਡੇ ਅਸੈਸਮੈਂਟ 10 ਚੋਂ ਕਿੰਨੇ ਲੱਗੇ ਆ ਤੁਹਾਡੇ 9 ਨੰਬਰ ਲੱਗੇ ਆ ਇਹਨਾਂ ਨੇ ਇੱਥੇ ਕਲੀਅਰ ਕੀਤਾ ਹੈ ਤੁਹਾਡੇ 10 ਚੋਂ 9 ਨੰਬਰ ਲੱਗੇ ਆ ਤਾਂ ਜੇਕਰ ਛੋਟਾ ਪੱਪਰ ਇਹ ਪੇਪਰ ਜਿਹੜਾ 70 70 ਨੰਬਰਾਂ ਦਾ ਹੈ ਤਾਂ 70 ਚੋਂ ਤੁਹਾਡੇ 63 ਨੰਬਰ ਆਉਣਗੇ ਠੀਕ ਆ ਉਹ ਸਟੂਡੈਂਟ ਦੇ ਸਰਟੀਫਿਕੇਟ ਤੇ ਲਿਖੇ ਜਾਣਗੇ ਔਰ ਪ੍ਰੈਕਟੀਕਲ ਦੇ ਮੰਨ ਲਓ 20 20 ਨੰਬਰ ਦਾ ਪ੍ਰੈਕਟੀਕਲ ਆਈ ਜਾਏਗਾ ਬਾਕੀ ਤੁਹਾਡਾ 30 ਦਾ ਠੀਕ ਹੈ ਤਾਂ ਉਸ ਦੇ ਵਿੱਚ ਤੁਹਾਡੇ 18 ਨੰਬਰ ਬਣਨਗੇ ਠੀਕ ਆ ਇਸੇ ਤਰ੍ਹਾਂ ਤੁਹਾਡੇ ਜਿਨ੍ਹਾਂ ਦੇ ਅਸੈਸਮੈਂਟ ਦੇ ਨੰਬਰ ਸੀਸੀ ਦੇ ਨੰਬਰ ਜਿਹੜਾ ਦੇ 10 ਚੋਂ 9 ਲੱਗੇ ਹੈਗੇ ਆ ਤਾਂ ਉਹਨਾਂ ਦੇ 100 ਚ 90 ਨੰਬਰ ਆਉਣਗੇ ਉਹਨਾਂ ਦੇ 100 ਚ ਕਿੰਨੇ ਆਉਣਗੇ 90 ਨੰਬਰ ਆਉਣਗੇ ਠੀਕ ਹੈ ਔਰ ਇਹ ਬਿਲਕੁਲ ਕਲੀਅਰ ਕਰ ਦਿੱਤਾ ਤੁਸੀਂ ਇਹ ਨਿਊਜ਼ ਨੂੰ ਜਿਹੜਾ ਫਲੈਸ਼ ਕਰਕੇ ਜਿਹੜਾ ਜ਼ੂਮ ਕਰਕੇ ਦੇਖ ਸਕਦੇ ਹੋ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਗੱਲ ਕੀਤੀ ਹੈ 8ਵੀਂ ਦੇ ਜਿਹੜੇ ਐਗਜ਼ਾਮ ਹੋਇਆ ਉਹਨਾਂ ਦਾ ਵੀ ਜਿਹੜਾ ਸੀਸੀ ਦੇ ਆਧਾਰ ਤੇ ਜਿਹੜਾ ਐਗਜ਼ਾਮ ਦਾ ਜਿਹੜਾ ਰਿਜ਼ਲਟ ਸਰਟੀਫੀਕੇਟ ਤੇ ਲਿਖਿਆ ਜਾਏਗਾ ਚਲੋ ਅੱਗੇ ਚੱਲਦੇ ਇੱਕ ਹੋਰ ਨਵੀਂ ਜਾਣਕਾਰੀ ਇਹ ਹੈਗੀ ਹੈ ਕਿ ਓਪਨ ਸਕੂਲ ਦੇ ਜਿਹੜੇ ਸਟੂਡੈਂਟ 10ਵੀਂ ਦੀ ਪ੍ਰੀਖਿਆ ਹੋਗੀ ਜਿਹੜੇ ਓਪਨ ਸਕੂਲ ਵਾਲੇ ਐ ਤਾਂ ਉਹਨਾਂ ਦੀ ਪ੍ਰੀਖਿਆ ਹੋਏਗੀ ਕਦੋਂ ਹੋਏਗੀ ਇਸ ਬਾਰੇ ਹਾਲੇ ਤੱਕ ਕੋਈ ਨਿਊਜ਼ ਨਹੀਂ ਹੈਗੀ ਔਰ ਕਿਹਦੇ ਨਾਲ ਹੋਏਗੀ 12ਵੀਂ ਕਲਾਸ ਦੀ ਜਿਹੜੀ ਪ੍ਰੀਖਿਆ ਹੈ ਜਦੋਂ ਹੋਏਗੀ ਜਿਨ੍ਹਾਂ ਦੇ ਪੇਪਰ ਰਹਿੰਦੇ ਐ 12ਵੀਂ ਕਲਾਸ ਵਾਲਿਆਂ ਨਾਲ ਓਪਨ ਵਾਲਿਆਂ ਦੀ ਪ੍ਰੀਖਿਆ ਪੱਕੀ ਲਈ ਜਾਏਗੀ ਇਸ ਦੇ ਵਿੱਚ ਕੋਈ ਦੁਰਾ ਨਹੀਂ ਚਲੋ ਹੁਣ ਰੀਪੇਅਰ ਵਾਲੇ ਦੀ ਗੱਲ ਕਰ ਲਈਏ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਰੀਪੇਅਰ ਵਾਲੇ ਸਟੂਡੈਂਟ ਐ ਠੀਕ ਐ ਉਹਨਾਂ ਨੂੰ ਵੀ ਸੀਸੀ ਦੇ ਆਧਾਰ ਤੇ ਪਾਸ ਕੀਤਾ ਜਾਊਗਾ ਉਹਨਾਂ ਨੂੰ ਵੀ ਸੀਸੀ ਇੰਟਰਨਲ ਅਸੈਸਮੈਂਟ ਦੇ ਆਧਾਰ ਤੇ ਪਾਸ ਕੀਤਾ ਜਾਊਗਾ ਜੋ ਕਿ ਉਹਨਾਂ ਨੇ ਪਿਛਲੇ ਟਾਈਮ ਆਪਣੇ ਪਹਿਲਾਂ ਜਦੋਂ ਉਹਨਾਂ ਨੇ ਕਲਾਸ ਰੈਗੂਲਰ ਕਰ ਰਹੇ ਸੀ ਉਹ ਠੀਕ ਆ ਉਸ ਟਾਈਮ ਉਹਨਾਂ ਨੇ ਸੀਸੀ ਦੇ ਕਿੰਨੇ ਨੰਬਰ ਲੱਗੇ ਸੀ ਉਸ ਦੇ ਆਧਾਰ ਤੇ ਉਹਨਾਂ ਦੇ ਜਿਹੜੇ ਨੰਬਰ ਲੱਗਣਗੇ ਰੀਪੀਅਰ ਵਾਲਿਆਂ ਦਾ ਵੀ ਕੋਈ ਦੁਬਾਰਾ ਪੇਪਰ ਨਹੀਂ ਹੋਏਗਾ ਉਹਨਾਂ ਦਾ ਵੀ ਸੀਸੀ ਦੇ ਆਧਾਰ ਤੇ ਉਹਨਾਂ ਨੂੰ ਪਾਸ ਕੀਤਾ ਜਾਏਗਾ ਠੀਕ ਹੈ ਇਹ ਵੀ ਕਲੀਅਰ ਹੋ ਚੁੱਕਿਆ ਇਸ ਤੋਂ ਬਾਅਦ ਇੱਕ ਹੋਰ ਵੱਡੀ ਖਬਰ ਹੈ ਕਿ ਜਿਹੜਾ ਵਿਦਿਆਰਥੀ ਨੇ ਉਹਨਾਂ ਲਈ ਇੱਕ ਨਵਾਂ ਵਿਸ਼ਾ ਸਟਾਰਟ ਕੀਤਾ ਜਾ ਚੁੱਕਿਆ ਨਵਾਂ ਸਬਜੈਕਟ ਜਿਹੜਾ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਨੂੰ ਲੱਗੇਗਾ ਉਹ ਵਿਸ਼ਾ ਕੀ ਹੈ ਤੁਸੀਂ ਦੇਖ ਸਕਦੇ ਹੋ ਵਿਸ਼ੇ ਦਾ ਵਿਸ਼ੇ ਦਾ ਨਾਮ ਰਹੇਗਾ ਵੈਲਕਮ ਲਾਈਫ ਜਿਹੜਾ ਵਿਸ਼ਾ ਰਹੇਗਾ ਸਵਾਗਤ ਜ਼ਿੰਦਗੀ ਵਿਸ਼ੇ ਦਾ ਨਾਮ ਜੇ ਪਰ ਪੰਜਾਬੀ ਦੇ ਵਿੱਚ ਲਈ ਠੀਕ ਹੈ ਪੰਜਾਬੀ ਦੇ ਵਿੱਚ ਬੋਲੀਏ ਸਵਾਗਤ ਜ਼ਿੰਦਗੀ ਔਰ 100 ਅੰਕਾਂ ਦਾ ਜਿਹੜਾ ਇਹ ਵਿਸ਼ਾ ਹੋਏਗਾ ਔਰ ਜਿਸ ਦੇ ਵਿੱਚ 50 ਅੰਕ ਜਿਹੜੇ ਤੁਹਾਡੇ ਪ੍ਰੈਕਟੀਕਲ ਦੇ ਹੋਣਗੇ 50 ਅੰਕ ਥਿਉਰੀ ਦੇ ਹੋਣਗੇ ਠੀਕ ਹੈ ਜੀ ਔਰ ਅੱਜ ਦੀ ਜਿਹੜੀ ਖਬਰ ਇੰਨੀ ਕੀ ਸੀ ਔਰ ਤੁਹਾਨੂੰ ਇੱਕ ਇੱਕ ਚੀਜ਼ ਅਸੀਂ ਕਲੀਅਰ ਕਰ ਦਿੱਤੀ ਹੈ ਔਰ ਵੀਡੀਓ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਹੋ ਕਿ ਰੀਪੀਅਰ ਵਾਲੇ ਬੱਚਿਆਂ ਨੂੰ ਸੀਸੀ ਦੇ ਆਧਾਰ ਤੇ ਪਾਸ ਕੀਤਾ ਜਾਏਗਾ 10ਵੀਂ ਵਾਲੇ ਬੱਚੇ ਨੂੰ ਪਹਿਲਾਂ ਹੀ ਪ੍ਰੋਮੋਟ ਕਰ ਦਿੱਤਾ ਜੇਕਰ ਉਹਦਾ ਰਿਜ਼ਲਟ ਬਣੂਗਾ ਸੀਸੀ ਦੇ ਆਧਾਰ ਤੇ ਬਣੂਗਾ ਮੈਟ ਲਿਸਟ ਨਹੀਂ ਬਣੇਗੀ 8ਵੀਂ ਵਾਲਿਆਂ ਦਾ ਰਿਜ਼ਲਟ ਵੀ ਸੀਸੀ ਦੇ ਆਧਾਰ ਤੇ ਬਣੇਗਾ ਮੈਟ ਲਿਸਟ ਨਹੀਂ ਬਣੇਗੀ ਬਿਲਕੁਲ ਇੱਕ ਹੀ ਚੀਜ਼ ਜਿਹੜੀ ਕਲੀਅਰ ਹੈ ਕਿ ਜਿਹੜੇ ਓਪਨ ਵਾਲੇ ਸਟੂਡੈਂਟ ਹੈ 10ਵੀਂ ਦੇ ਤੇ ਜਿਹੜੇ ਪਲੱਸ 2 ਦੇ ਹੈ ਔਰ ਜਿਹੜੇ ਪਲੱਸ 2 ਦੇ ਜਿਹੜ ਸ਼ੀਟ ਆਵੇਗੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਿਹੜਾ ਵੀਡੀਓ ਸ਼ੇਅਰ ਕਰਾਂਗੇ ਔਰ ਚੈਨਲ ਤੇ ਜਿਹੜਾ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਦਾ ਬਟਨ ਦਬਾ ਦਿਓ ਔਰ ਤੁਹਾਡਾ ਕੋਈ ਵੀ ਕੁਐਸਚਨ ਹੈ ਕੋਈ ਵੀ ਸੁਝਾਅ ਹੈ ਤੱਕ